ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਕੋਰੋਨਾ ਦੀ ਬਿਮਾਰੀ ਦੇ ਚਲਦਿਆਂ ਦੇਸ਼ ਭਰ ਵਿੱਚ ਲੌਕਡਾਊਨ ਕੀਤਾ ਗਿਆ ਹੈ ਤਾਂ ਜੋ ਇਹ ਬਿਮਾਰੀ ਆਪਣੇ ਪੈਰ ਨਾ ਪਸਾਰ ਸਕੇ, ਪਰੰਤੂ ਇਸ ਲੌਕਡਾਊਨ ਦੌਰਾਨ ਸਰਕਾਰ ਵੱਲੋਂ ਕਿਸੇ ਪ੍ਰਕਾਰ ਦੀ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ, ਇਸ ਲਈ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਲੋਕਾਂ ਲਈ ਅਹਿਮ ਸਹੂਲਤਾਂ 'ਤੇ ਵੀ ਛੋਟ ਦਿੱਤੀ ਗਈ ਹੈ। ਇਸੇ ਕੜੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਹੁਣ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਐਮਰਜੈਂਸੀ ਅਤੇ OPD ਖੁੱਲ੍ਹੇ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਦੇ ਚੱਲਦਿਆਂ ਪ੍ਰਾਈਵੇਟ ਹਸਪਤਾਲਾਂ ਵੱਲੋਂ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਆਪਣੇ ਐਮਰਜੈਂਸੀ ਅਤੇ OPD ਮਰੀਜ਼ਾਂ ਵਾਸਤੇ ਖੁੱਲ੍ਹੀ ਰੱਖੀ ਗਈ ਹੈ। ਇਸ ਦੌਰਾਨ ਹਸਪਤਾਲਾਂ ਵੱਲੋਂ ਮਰੀਜ਼ਾਂ ਨੂੰ ਹਸਪਤਾਲ ਵਿਖੇ ਅੰਦਰ ਆਉਣ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਉਹਨਾਂ ਡਿਸਟੈਂਸ ਰੱਖਣ ਲਈ ਗੋਲੇ ਵਿੱਚ ਖੜ੍ਹਾ ਕਰਕੇ ਇਕੱਲੇ ਇਕੱਲੇ ਮਰੀਜ਼ਾਂ ਦੀ ਜਾਂਚ ਕਰ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੀ ਕੋਰੋਨਾ ਦੀ ਬਿਮਾਰੀ ਤੋਂ ਬਚਣ ਲਈ ਪੂਰੀਆਂ ਸਾਵਧਾਨੀਆਂ ਵਰਤ ਰਹੇ ਨੇ। ਉਹਨਾਂ ਮਰੀਜ਼ਾਂ ਨੂੰ ਵੀ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਸਰਕਾਰ ਦੇ ਆਦੇਸ਼ਾਂ ਅਨੁਸਾਰ ਅਸੀਂ OPD ਖੁੱਲ੍ਹੀ ਰੱਖੀ ਹੈ ਅਤੇ ਐਮਰਜੈਂਸੀ ਸੇਵਾਵਾਂ ਵੀ ਖੁੱਲ੍ਹੀਆਂ ਰੱਖੀਆਂ। ਅਸੀਂ ਜਿਹੜੇ ਵੀ ਪੇਸ਼ੈਂਟ ਆਉਂਦੇ ਆ, ਅਸੀਂ ਸਰਕਾਰ ਦੇ ਜੋ ਆਦੇਸ਼ ਆਉਂਦੇ ਆ ਸੋਸ਼ਲ ਡਿਸਟੈਂਸ ਦਾ, ਜਦੋਂ ਮਰੀਜ਼ ਨੇ ਹਸਪਤਾਲ 'ਚ ਐਂਟਰ ਹੋਣਾ ਵਾ, ਅਸੀਂ ਉਹਦੇ ਹੱਥ ਪਹਿਲਾਂ ਸੈਨੇਟਾਈਜ਼ ਕਰਾਉਂਦੇ ਹਾਂ। ਹਸਪਤਾਲ ਦਾ ਜਿਹੜਾ ਡੋਰ ਹੈ ਅਸੀਂ ਆਪ ਖੋਲ੍ਹਦੇ ਹਾਂ, ਮਰੀਜ਼ ਅੰਦਰ ਆਉਂਦਾ ਵਾ, ਪਰਚੀ ਬਣਾਉਂਦਾ ਵਾ, ਅਤੇ ਜਿਹੜੇ ਗੋਲ ਧਾਰੇ ਬਣਾਏ ਹੋਏ ਆ, ਘੇਰੇ ਬਣਾਏ ਹੋਏ ਆ, ਉਹਦੇ ਵਿੱਚ ਹੀ ਮਰੀਜ਼ ਖੜ੍ਹਾ ਹੁੰਦਾ ਵਾ। ਅਤੇ ਅਸੀਂ ਹਰ ਸਰਕਾਰ ਦੇ ਆਦੇਸ਼ਾਂ ਦਾ ਪੂਰਾ ਪਾਲਣ ਕਰ ਰਹੇ ਹਾਂ। ਮਰੀਜ਼ ਨੂੰ ਦਵਾਈ ਦੀ ਕਮੀ ਨਹੀਂ ਹੋਣ ਦੇ ਰਹੇ, ਮਰੀਜ਼ਾਂ ਦੀ ਸੇਵਾ ਵੀ ਪੂਰੀ ਕਰ ਰਹੇ ਹਾਂ। ਅਤੇ ਜੋ ਕਰੋਨਾ ਤੋਂ ਬਚਣ ਦੇ ਮਰੀਜ਼ਾਂ ਨੂੰ ਅਸੀਂ ਦੱਸੀ ਜਾਂਦੇ ਹਾਂ ਕਿ ਤੁਸੀਂ ਆਪਣੇ ਹੱਥ ਘਰ 'ਚ 2-2, 3-3 ਘੰਟੇ ਬਾਅਦ ਵੀ ਧੋਣੇ ਆ, ਘਰ ਦੇ ਵਿੱਚ ਵੀ ਸੋਸ਼ਲ ਡਿਸਟੈਂਸ 1.5 ਮੀਟਰ ਦੀ ਦੂਰੀ ਬਣਾ ਕੇ ਰੱਖਣੀ ਹੈ। ਅਤੇ ਅਸੀਂ ਇਹੀ ਵਾਹਿਗੁਰੂ ਤੋਂ ਉਮੀਦ ਕਰਦੇ ਹਾਂ ਕਿ ਕਿਸੇ ਨੂੰ ਵੀ ਕੋਈ ਇੱਦਾਂ ਦੀ ਬਿਮਾਰੀ ਨਾ ਲੱਗੇ ਅਤੇ ਦੇਸ਼ ਦਾ, ਆਪਣੇ ਪ੍ਰਦੇਸ਼ ਦਾ ਪੂਰਾ ਫਾਇਦਾ ਲਈਏ ਅਤੇ ਉਹਨਾਂ ਦੇ ਆਦੇਸ਼ਾਂ ਅਨੁਸਾਰ ਅਸੀਂ ਕੰਮ ਕਰੀਏ ਅਤੇ ਸਾਰੇ ਸੰਸਾਰ ਨੂੰ ਸਵੱਸਥ ਰੱਖੀਏ। ਡਾਕਟਰਾਂ ਵੱਲੋਂ ਇਹੀ ਹੈ ਅਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡਾ ਕਹਿਣਾ ਮੰਨ ਕੇ ਪੂਰੀ ਦੂਰੀ ਬਣਾਉਂਦੇ ਆ ਅਤੇ ਸੋਸ਼ਲ ਡਿਸਟੈਂਸ ਸਰਕਾਰ ਦੇ ਆਦੇਸ਼ ਦਾ ਮੰਨਦੇ ਆ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।